ਮਾਨ ਸਾਹਿਬ ਕਿਹਾ ਹੀ ਜਾਂਦਾ ਕਿ ਗੁਰਦੀਪ ਬਾਠ ਖੜਾ ਹੋ ਗਿਆ ਤਾਂ ਵੱਡੀ ਪ੍ਰੋਬਲਮ ਆ ਆਮ ਆਦਮੀ ਪਾਰਟੀ ਨੂੰ, ਮਤਲਬ ਅੱਧੀ ਵੋਟ ਪਾੜ ਦੇਣੀ ਆ, ਦੂਜੇ ਉਮੀਦਵਾਰ ਜਿੱਤ ਸਕਦੇ ਨੇ। ਆ ਜਾਓ ਜੀ, ਇਹਨੇ ਨੱਚਣਾ ਖੰਡੇ ਦੀ ਧਾਰ ਤੇ, ਉਹਦਾ ਕੀ ਭਵਿੱਖ ਜੀ? ਕੁਛ ਵੀ ਨਹੀਂ। ਕਾਂਗਰਸ ਪਾਰਟੀ ਦੇ ਵੱਡੇ ਦਿੱਗਜ ਪਹੁੰਚ ਰਹੇ ਨੇ, ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਨੇ ਕਿਸਾਨ ਰੋਲ ਤੇ। ਬਰਨਾਲਾ, ਕਿੱਦੜਬਾਹਾ, ਡੇਰਾ ਬਾਬਾ ਨਾਨਕ ਤੇ ਚੱਬੇਵਾਲ, ਚਾਰੇ ਸੀਟਾਂ ਬ੍ਰੇਕਿੰਗ ਨਿਊਜ਼ ਦੱਸ ਰਿਹਾ ਤੁਹਾਡੇ ਚੈਨਲ ਤੇ, ਚਾਰੇ ਸੀਟਾਂ ਆਮ ਆਦਮੀ ਪਾਰਟੀ ਵੱਡੇ ਫਰਕ ਨਾਲ ਜਿੱਤ ਚੁੱਕੀ ਹੈ ਜੀ। ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ, ਮੈਂ ਅਮਨਦੀਪ ਸਿੰਘ ਮਾਝਾ। ਚੋਣ ਪ੍ਰਚਾਰ ਅੱਜ ਜ਼ੋਰਾਂ ਤੇ ਚੱਲ ਰਿਹਾ ਕਿਉਂਕਿ ਲਾਸਟ ਦਿਨਾਂ 20 ਨਵੰਬਰ ਨੂੰ ਵੋਟਾਂ ਪੈਣੀਆਂ ਨੇ, 23 ਨਵੰਬਰ ਨੂੰ ਨਤੀਜੇ ਆਉਣਗੇ। ਹਲਕਾ ਬਰਨਾਲਾ 'ਚ ਮੌਜੂਦ ਹਾਂ ਜਿੱਥੋਂ ਆਮ ਆਦਮੀ ਪਾਰਟੀ ਤੋਂ ਹਰਿੰਦਰ ਧਾਲੀਵਾਲ ਦਾ ਅੱਜ ਵੱਡਾ ਰੋਡ ਸ਼ੋਅ ਨਿਕਲ ਰਿਹਾ। MLAs ਪਹੁੰਚੇ ਹੋਏ ਨੇ, ਪੂਰੇ ਵੱਡੇ ਦਿੱਗਜ ਪਹੁੰਚੇ ਹੋਏ ਨੇ ਸਾਡੇ ਨਾਲ। ਹਲਕਾ ਨਾਭਾ ਤੋਂ MLA ਗੁਰਦੇਵ ਸਿੰਘ ਦੇਮਾਨ ਮੌਜੂਦ ਨੇ। ਮਾਨ ਸਾਹਿਬ, ਤੁਸੀਂ ਵੀ ਪਹੁੰਚੋ, ਲਾਸਟ ਦਿਨ ਆ, ਕਿਵੇਂ ਚੱਲ ਰਿਹਾ ਅੱਜ ਦਾ ਚੋਣ ਪ੍ਰਚਾਰ? ਅੱਜ ਅਖੀਰਲਾ ਦਿਨ ਹੈ ਜੀ ਜਿਹੜੀ ਉਪਚੋਣ ਹੋ ਰਹੀ ਆ ਬਰਨਾਲੇ ਦੇ ਵਿੱਚ। ਅਸੀਂ ਸ਼ਹਿਰ ਜਿਹੜਾ ਬਰਨਾਲਾ ਉਹ ਡੋਰ ਡੋਰ ਕਰ ਰਹੇ ਹਾਂ। ਸਾਡੇ ਸਤਿਕਾਰਯੋਗ ਮੈਂਬਰ ਪਾਰਲੀਮੈਂਟ ਅਮੀਤ ਹੇਰ ਜੀ, ਸਾਡੇ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ, ਚੇਤਨ ਸਿੰਘ ਜੋੜੇਮਾਜਰਾ ਸਾਹਿਬ, ਮੈਂ ਔਰ ਸਾਡੇ ਵਲੰਟੀਅਰ ਇੱਥੋਂ ਦੇ ਲੋਕਲ ਸਾਰੇ ਆ, ਅਸੀਂ ਡੋਰ ਡੋਰ ਕਰ ਰਹੇ ਹਾਂ, ਹੱਥ ਜੋੜ ਕੇ ਬੇਨਤੀ ਕਰ ਰਹੇ ਹਾਂ ਇਕੱਲੀ ਇਕੱਲੀ ਦੁਕਾਨ 'ਤੇ ਕਿ ਜਿਵੇਂ ਤੁਸੀਂ ਪਹਿਲਾਂ ਦੋ ਵਾਰ ਅਮੀਤ ਹੇਰ ਜੀ ਨੂੰ MLA ਬਣਾਇਆ ਔਰ ਹੁਣ ਮੈਂਬਰ ਪਾਰਲੀਮੈਂਟ ਬਣਾ ਕੇ ਰਹੇ ਹੋ, ਉਸੇ ਤਰੀਕੇ ਨਾਲ ਆਪਣਾ ਪਿਆਰ ਬਰਕਰਾਰ ਰੱਖਿਓ, ਆਪਣੀ ਰਹਿਮਤ ਬਣਾ ਕੇ ਰੱਖਿਓ, MLA ਹਰਿੰਦਰ ਧਾਲੀਵਾਲ ਨੂੰ ਬਣਾ ਦਿਓ ਤਾਂ ਕਿ ਬਰਨਾਲਾ ਦੇ ਜਿਹੜੇ ਕਾਰਜ ਹੈ ਵਿਕਾਸ ਦੇ ਉਹ ਹੋਰ ਤੇਜ਼ੀ ਨਾਲ ਜਿਹੜੇ ਮੁਕੰਮਲ ਕੀਤੇ ਜਾ ਸਕਣ। ਮਾਨ ਸਾਹਿਬ, ਕਿਹਾ ਹੀ ਜਾਂਦਾ ਕਿ ਗੁਰਦੀਪ ਬਾਠ ਖੜਾ ਹੋ ਗਿਆ ਤਾਂ ਵੱਡੀ ਪ੍ਰੋਬਲਮ ਆ ਆਮ ਆਦਮੀ ਪਾਰਟੀ ਨੂੰ, ਮਤਲਬ ਅੱਧੀ ਵੋਟ ਪਾੜ ਦੇਣੀ ਆ, ਦੂਜੇ ਉਮੀਦਵਾਰ ਜਿੱਤ ਸਕਦੇ ਨੇ। ਦੇਖੋ, ਡੈਮੋਕ੍ਰੇਸੀ ਆ, ਹਰੇਕ ਨੂੰ ਅਧਿਕਾਰ ਹੈ ਜੀ ਚੋਣ ਲੜਨ ਦਾ। ਜਦੋਂ ਮੈਦਾਨ 'ਚ ਆ ਗਏ ਜੀ ਫਿਰ ਕੌਣ ਕੀ ਆ ਤਾਂ ਗੱਲ ਹੀ ਖਤਮ ਹੋ ਗਈ, ਹੈ ਨਾ। ਆ ਜਾਓ ਜੀ, ਇਹਨੇ ਨੱਚਣਾ ਖੰਡੇ ਦੀ ਧਾਰ 'ਤੇ, ਫਿਰ ਤਾਂ ਇਹ ਕੰਮ ਹੋ ਗਿਆ ਨਾ ਜੀ। ਫਿਰ ਤਾਂ ਸੰਗਤ ਵੱਡੀ ਹੈ ਜੀ, ਸੰਗਤ ਨੇ ਫੈਸਲਾ ਕਰਨਾ ਔਰ ਸੰਗਤ ਨੂੰ ਪਤਾ ਹੈ ਕਿ 2.5 ਸਾਲ ਆਮ ਆਦਮੀ ਪਾਰਟੀ ਸਰਕਾਰ ਦੇ ਪਏ ਆ। ਇਹ ਉਹ ਸਰਕਾਰ ਆ ਜਿਹਨੇ 6,000 ਯੂਨਿਟ ਬਿਜਲੀ ਮਾਫ਼ ਕੀਤੀ ਹੈ, ਇਹ ਉਹ ਸਰਕਾਰ ਆ ਜਿਹਨੇ 48,000 ਨੌਕਰੀਆਂ ਦਿੱਤੀਆਂ, ਇਹ ਉਹ ਸਰਕਾਰ ਆ ਜਿਹਨੇ ਕਿਸਾਨਾਂ ਦੇ ਖੇਤਾਂ ਤੱਕ ਪਾਣੀ ਪਹੁੰਚਾ ਤਾ, ਇਹ ਉਹ ਸਰਕਾਰ ਆ ਜਿਹਨੇ ਝੋਨੇ ਦੇ ਸੀਜ਼ਨ 'ਚ 1 ਮਿੰਟ ਵੀ ਲਾਈਟ ਨਹੀਂ ਜਾਣ ਦਿੱਤੀ, ਔਰ ਜਿਹੜੇ ਸਾਡੇ ਗਰੀਬ ਪਰਿਵਾਰ ਨੇ ਉਹਨਾਂ ਦੇ ਬੱਚਿਆਂ ਨੂੰ ਨੌਕਰੀਆਂ ਮਿਲ ਰਹੀਆਂ ਨੇ ਅਤੇ ਉਹ ਉਹਨਾਂ ਨੂੰ ਚੰਗਾ ਭਵਿੱਖ ਆਮ ਆਦਮੀ ਪਾਰਟੀ ਨਜ਼ਰ ਆਉਂਦਾ ਜੀ। ਦੂਜਾ ਜਿਹੜਾ ਸਰਕਾਰ 'ਚ ਹੈ ਨਹੀਂ, ਚਾਹੇ ਉਹ ਕਾਂਗਰਸ ਆ ਜਾਂ ਕੋਈ ਆਜ਼ਾਦ ਆ, ਕੋਈ ਵੀ, ਉਹਦਾ ਕੀ ਭਵਿੱਖ ਹੈ ਜੀ? ਕੁਛ ਵੀ। ਇਸ ਕਰਕੇ ਬੇਨਤੀ ਆ ਕਿ ਆਪਣਾ ਇੱਕ ਕੀਮਤੀ ਵੋਟ, ਹਰਿੰਦਰ ਸਿੰਘ ਧਾਲੀਵਾਲ 1 ਨੰਬਰ 'ਤੇ ਨਿਸ਼ਾਨ ਆ, ਝਾੜੂ ਦਾ ਨਿਸ਼ਾਨ ਆ, ਉਹਨੂੰ ਵੋਟਾਂ ਪਾ ਕੇ ਆਪਣਾ ਇੱਕ ਕੀਮਤੀ ਵੋਟ ਆਮ ਆਦਮੀ ਪਾਰਟੀ ਦੇ। ਤੁਹਾਡੇ ਸਾਬਕਾ ਪ੍ਰਧਾਨ ਗੁਰਦੀਪ ਬਾਠ ਨਾਲ ਟੱਕਰੇ ਵੀ ਹੋ ਗਏ, ਤੁਹਾਡੇ ਉੱਧਰੋਂ ਆ ਰਹੇ ਸੀ, ਇੱਧਰੋਂ ਤੁਸੀਂ ਜਾ ਰਹੇ ਹੋ। ਕੋਈ ਗੱਲ ਨਹੀਂ, ਭਰਾ ਨੇ ਸਾਡੇ ਜੀ, ਪਰ ਸਿਆਣਪੇ ਦੇ ਵਿੱਚ ਆ ਕਿ ਆਪਾਂ ਕਹਿੰਦੇ ਪਰਸਨਲ ਕਹਿੰਦਾ ਭਵਿੱਖ ਬਚਾਉਣ ਵਾਸਤੇ ਕਹਿੰਦੀਆਂ ਇਮੋਸ਼ਨਲ ਗੱਲਾਂ 'ਚ ਆ ਕੇ ਆਪਾਂ ਆਪਣੀ ਵੋਟ ਨਾ ਖਰਾਬ ਕਰੋ, ਆਪਣਾ ਸ਼ਹਿਰ ਆਪਣੇ ਲਈ ਸਭ ਤੋਂ ਪਹਿਲਾਂ, ਆਪਣਾ ਵਿਧਾਨ ਸਭਾ ਆਪਣੇ ਪਿੰਡ ਸਭ ਤੋਂ ਪਹਿਲਾਂ, ਆਪਾਂ ਉਹਨਾਂ ਦੇ ਕੰਮ ਕਰਾਉਣੇ। ਕੰਮ ਕੌਣ ਕਰੂ? ਸਰਕਾਰ, ਠੀਕ ਹੈ ਨਾ, ਉਹ ਸਰਕਾਰ ਹੀ ਕੰਮ ਕਰੂਗੀ। ਜਿਹੜੇ ਹੁਣ ਆਪੋਜੀਸ਼ਨ 'ਚ MLA ਵੀ ਨੇ ਜੀ, ਉਹ ਕੰਮ ਹੁੰਦੇ ਆ ਸਰਕਾਰ ਕਰਦੀ ਹੈ, ਪਰ ਜਿਹੜੇ ਸਰਕਾਰ ਦੇ ਵਿੱਚ ਰਹਿ ਕੇ ਕੰਮ ਹੋਣੇ ਆ ਜੀ ਉਹਦੀ ਰੀਸ ਚੜਾਉਂਦੀ ਹੈ ਜੀ। ਸੋ ਇਸ ਕਰਕੇ ਮੈਂ ਬਰਨਾਲਾ ਦੇ ਇੱਕ ਸਤਿਕਾਰਯੋਗ ਵੋਟਰ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਤੁਸੀਂ ਭਗਵੰਤ ਮਾਨ ਸਾਹਿਬ ਦਾ ਜਿਹੜਾ ਕੀਤਾ ਕੰਮ ਹੈ ਉਹਨੂੰ, ਮੀਰਦੇਵ ਸਾਹਿਬ ਦੇ ਕੀਤੇ ਕੰਮ ਨੂੰ ਦੇਖ ਕੇ ਇੱਕ ਮੌਕਾ ਹਰਿੰਦਰ ਸਿੰਘ ਧਾਲੀਵਾਲ ਨੂੰ ਬਤੌਰੇ MLA ਵੋਟ ਪਾ ਕੇ ਦਿਓ।
ਕਾਂਗਰਸ ਪਾਰਟੀ ਦੇ ਵੱਡੇ ਦਿੱਗਜ ਪਹੁੰਚ ਰਹੇ ਨੇ, ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਨੇ ਕਿਸਾਨ ਰੋਲ 'ਤੇ, ਮੰਡੀਆਂ 'ਚ ਝੋਨਾ ਨਹੀਂ ਵਿਕਿਆ, ਬਹੁਤ ਪ੍ਰੋਬਲਮ ਰਹੀ ਆ, ਡੀ ਏ ਪੀ ਨਹੀਂ ਮਿਲਿਆ। ਦੇਖੋ ਇਹਦੇ 'ਚ ਕੀ ਹੈ ਜੀ ਕਿ ਕੇਂਦਰ ਦੀ ਗਲਤ ਨੀਤੀ ਜਿਹੜੀ ਹੈ, ਕੇਂਦਰ ਦੀ ਗਲਤ ਨੀਤੀ ਹੈ ਜੀ। ਪੰਜਾਬ ਸਰਕਾਰ ਤਾਂ ਹਮੇਸ਼ਾ ਨਾਲ ਆ ਕਿਸਾਨਾਂ ਦੇ, ਮੈਂ ਮਜ਼ਦੂਰ ਦਾ ਪੁੱਤ ਹਾਂ, ਅੱਜ ਤਾਂ ਸਾਡੀ ਤਾਂ ਸਾਂਝ ਆ ਕਿਸਾਨ ਨਾਲ, ਔਰ ਕਿਸਾਨ ਦਾ ਅਸੀਂ ਤਾਂ ਸਤਿਕਾਰ ਕਰਦੇ ਹਾਂ, ਸਾਡੇ ਤਾਂ ਹਮੇਸ਼ਾ ਸਿਰ ਉਹਨਾਂ ਦੇ ਕਦਮਾਂ 'ਚ ਹੈ। ਇਹ ਕੇਂਦਰ ਦੀਆਂ ਕੁਛ ਗਲਤ ਨੀਤੀਆਂ ਕਰਕੇ ਪ੍ਰੋਬਲਮ ਹੋਈ ਹੈ, ਪਰ ਅੱਗੇ ਤੋਂ ਇਹ ਨਾ ਹੋਵੇ, ਉਹਦੇ ਲਈ ਪ੍ਰੋਪਰ ਸਾਡੀ ਸਰਕਾਰ ਜਿਹੜੀ ਅੱਛੇ ਤਰੀਕੇ ਨਾਲ ਕੰਮ ਕਰੇਗੀ ਤਾਂ ਕਿ ਕਿਸਾਨ ਨੂੰ ਕਿਸੇ ਕਿਸਮ ਦੀ ਤਕਲੀਫ ਨਾ ਹੋਵੇ। ਹੁਣ ਮੁਕਾਬਲਾ ਕਿਸ ਪਾਰਟੀ ਨਾਲ ਮੰਨਦੇ ਹੋ, ਕਿਉਂਕਿ ਤੁਹਾਡਾ ਚੋਣ ਪ੍ਰਚਾਰ ਲਗਾਤਾਰ ਜਾ ਰਿਹਾ, ਤੁਸੀਂ ਦੇਖ ਰਹੇ ਹੋ, ਬੇਬੀ ਦੇਖੀ ਆ ਤੁਸੀਂ ਹਲਕੇ ਦੀ? ਦੇਖੋ ਪ੍ਰਚਾਰ ਤਾਂ ਸਾਰੇ ਕਰਨਗੇ, ਪਰ ਪੈਦਲ ਚੱਲ ਕੇ ਇਕੱਲੇ ਇਕੱਲੇ ਦੁਕਾਨ 'ਤੇ ਜਾ ਕੇ ਹੱਥ ਜੋੜ ਕੇ ਬੇਨਤੀ ਕਰਕੇ ਜਿਹੜਾ ਸਮਰਥਨ ਆਮ ਆਦਮੀ ਪਾਰਟੀ ਨੂੰ ਮਿਲ ਰਿਹਾ ਨਾ, ਉਹ ਸ਼ਾਇਦ ਦੂਜਿਆਂ ਨੂੰ ਨਾ ਮਿਲੇ ਜੀ। ਠੀਕ ਹੈ ਨਾ, ਇਸ ਕਰਕੇ ਕਲੀਅਰ ਹੈ ਕਿ ਬਰਨਾਲਾ, ਗਿੱਦੜਬਾਹਾ, ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ਚਾਰੇ ਸੀਟਾਂ, ਬ੍ਰੇਕਿੰਗ ਨਿਊਜ਼ ਦੱਸ ਰਿਹਾ ਤੁਹਾਡੇ ਚੈਨਲ 'ਤੇ, ਚਾਰੇ ਸੀਟਾਂ ਆਮ ਆਦਮੀ ਪਾਰਟੀ ਵੱਡੇ ਫਰਕ ਨਾਲ ਜਿੱਤ ਚੁੱਕੀ ਹੈ ਜੀ। ਬਰਨਾਲੇ 'ਚ ਮੁਕਾਬਲਾ ਕਿਸ ਪਾਰਟੀ ਨਾਲ ਮੰਨਦੇ ਹੋ, ਵੀ ਮੁਕਾਬਲਾ ਕਾਂਗਰਸ ਨਾਲ ਮੰਨਦੇ ਹੋ ਜਾਂ ਬੀਜੇਪੀ ਆ? ਦੇਖੋ ਇਲੈਕਸ਼ਨ 'ਚ ਰਾਜਨੀਤੀ 'ਚ ਕਦੇ ਕਿਸੇ ਨੂੰ ਕਮਜ਼ੋਰ ਨਾ ਸਮਝੋ, ਹਰੇਕ ਦਾ ਮਾਣ ਹੈ, ਹਰੇਕ ਦਾ ਸਤਿਕਾਰ ਹੈ, ਕਿਸੇ ਨੂੰ ਕਮਜ਼ੋਰ ਨਾ ਸਮਝੋ, ਸਾਰੇ ਆਪਣੀ ਆਪਣੀ ਜਗ੍ਹਾ ਠੀਕ ਹੈ, ਪਰ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡਣੀ, ਆਪਣੇ ਵੱਲੋਂ ਕੋਈ ਕਮੀ ਨਹੀਂ ਛੱਡਣੀ, ਹਰ ਇੱਕ ਨੂੰ ਬੇਨਤੀ ਕਰਨੀ ਹੈ ਕਿ ਭਾਈ ਆਮ ਆਦਮੀ ਪਾਰਟੀ ਬਿਹਤਰ ਹੈ, ਤੁਸੀਂ ਪਹਿਲਾਂ ਸਾਨੂੰ ਮੌਕਾ ਦਿੱਤਾ, ਦੁਬਾਰਾ ਮੌਕਾ ਦਿਓ, ਤਾਂ ਕਿ ਜਿਹੜੇ ਬਾਕੀ ਬਸਦੇ 2.5 ਸਾਲ ਆਮ ਆਦਮੀ ਪਾਰਟੀ ਦੇ, ਉਹਦੇ ਦਰਮਿਆਨ ਆਮ ਆਦਮੀ ਪਾਰਟੀ ਸਰਕਾਰ ਦਾ ਲਾਹਾ ਲਿਆ ਜਾ ਸਕੇ, ਇਸ ਕਰਕੇ ਬੇਨਤੀ ਕਰ ਰਹੇ ਹਾਂ ਜੀ। ਬਾਕੀ ਸਾਰੇ ਆਪਣੀ ਆਪਣੀ ਜਗ੍ਹਾ ਠੀਕ ਨੇ ਜੀ, ਉਹ ਸੰਗਤ ਵੱਡੀ ਹੈ, ਠੀਕ ਹੈ ਨਾ ਜੀ, ਸੰਗਤ ਵੱਡੀ ਹੈ, ਔਰ ਲੋਕਤੰਤਰ 'ਚ ਲੋਕ ਵੱਡੇ ਹੁੰਦੇ ਆ, ਲੋਕਾਂ ਨੇ ਫੈਸਲਾ ਕਰਨਾ, ਲੋਕ ਫੈਸਲਾ ਆਮ ਆਦਮੀ ਪਾਰਟੀ ਦੇ ਹੱਕ 'ਚ ਹੀ ਕਰਨਗੇ, ਆਮ ਆਦਮੀ ਪਾਰਟੀ ਵੱਡੇ ਫਰਕ ਨਾਲ ਬਰਨਾਲਾ ਸੀਟ ਜਿੱਤ ਰਹੀ ਹੈ ਜੀ। 23 ਨਵੰਬਰ ਦੀ ਤਿਆਰੀ ਕਰ ਲਈ ਜਸ਼ਨ ਦੀ, ਫਿਰ ਪਹਿਲੀ ਕਰ ਲਈ ਜਿਵੇਂ ਤੁਸੀਂ ਪੂਰਾ, ਤੁਹਾਨੂੰ ਇਹ ਤਿਆਰੀ ਤਾਂ ਸੰਗਤ ਨੇ ਕਰਨੀ ਹੈ ਜੀ, ਜਿਨ੍ਹਾਂ ਨੇ ਵੋਟਾਂ ਪਾਉਣੀ ਉਹਨਾਂ ਨੇ ਤਿਆਰੀ ਕਰਨੀ ਹੈ ਜੀ, ਜਿਹਨੇ ਵੋਟ ਪਾਈ ਆ ਉਹ ਆਪਣੇ ਆਪ ਹੀ ਤਿਆਰ ਬੈਠਾ ਜੀ, ਇਹ ਤਿਆਰੀ ਤਾਂ ਸਤਿਕਾਰਯੋਗ ਵੋਟਰਾਂ ਦੀ ਹੈ ਜੀ, ਉਹਨਾਂ ਨੇ ਤਿਆਰੀ ਕਰਨੀ ਹੈ ਜੀ, ਉਹਨਾਂ ਨੇ ਵੋਟ ਪਾਉਣੀ ਹੈ ਜੀ, ਔਰ ਇਸ ਕਰਕੇ ਜਿਹੜਾ ਮਾਹੌਲ ਹੈ ਇਸ ਵਕਤ ਬਰਨਾਲਾ ਦੇ ਵਿੱਚ, ਮਾਹੌਲ ਇੱਕ ਤਰਫਾ ਹੁੰਦਾ ਜਾ ਰਿਹਾ, ਆਮ ਆਦਮੀ ਪਾਰਟੀ ਜਿਹੜੀ ਆ ਉਹ ਵੱਡੇ ਫਰਕ ਨਾਲ ਚੋਣ ਜਿੱਤ ਰਹੀ ਹੈ, ਮੀਤੇਰ ਸਾਹਿਬ ਦੇ ਕਿਤੇ ਕੰਮਾਂ 'ਤੇ ਪਹਿਲਾਂ ਮੋਹਰ ਲਾਈ ਹੈ, ਅੱਗੇ ਵੀ ਮੋਹਰ ਲਾ ਰਹੀ ਹੈ ਜੀ। ਬਿਲਕੁਲ ਜੀ, MLA ਦੇਵਮਾਨ ਪਹੁੰਚੇ ਨੇ, ਦਾਅਵਾ ਕਰ ਰਹੇ ਨੇ ਕਿ ਆਮ ਆਦਮੀ ਪਾਰਟੀ ਨੇ ਹੀ ਜਿੱਤਣਾ ਪੂਰੀਆਂ ਪੰਜਾਬ ਦੀਆਂ 4 ਸੀਟਾਂ 'ਤੇ, ਵੱਡੇ ਰੋਡ ਸ਼ੋਅ ਨਿਕਲ ਰਹੇ ਨੇ ਬਰਨਾਲਾ 'ਚ, ਸਾਰੀਆਂ ਪਾਰਟੀਆਂ ਦੇ ਆਗੂ ਨੇ, ਉਮੀਦਵਾਰ ਨੇ ਰੋਡ ਸ਼ੋਅ ਕੱਢ ਰਹੇ ਨੇ, ਗੁਰਦੀਪ ਬਾਠ ਰੋਡ ਸ਼ੋਅ ਕੱਢ ਰਿਹਾ, ਹਰਿੰਦਰ ਧਾਲੀਵਾਲਾ ਆਮ ਆਦਮੀ ਪਾਰਟੀ ਤੋਂ ਨੇ ਉਮੀਦਵਾਰ, ਉਹ ਰੋਡ ਸ਼ੋਅ ਨੇ, ਮੀਤੇਹਰ ਮੌਜੂਦ ਨੇ, ਅਤੇ ਲਗਾਤਾਰ ਜਿਹੜੇ ਵੱਡੇ ਦਿੱਗਜ ਨੇ, ਵੱਡੇ ਲੀਡਰ, ਉਹ ਰੋਡ ਸ਼ੋਅ ਦੇ ਵਿੱਚ ਵੋਟਾਂ ਮੰਗ ਰਹੇ ਨੇ ਤਾਂ ਕਿ ਵੱਡੀ ਜਿੱਤ ਦਵਾ ਸਕਣ ਆਪਣੇ ਉਮੀਦਵਾਰ ਨੂੰ। ਕੈਮਰਾਮੈਨ ਦੀਪ ਕੁਮਾਰ ਨਾਲ ਅਮਨਦੀਪ ਸਿੰਘ ਮਾਝਾ, ਪੰਜਾਬੀ ਲੋਕ ਚੈਨਲ।